ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਵੀਰੋ ਦੋਸਤੋ, ਸੱਜਣੋ ਸਾਥੀਓ, ਠੀਕ ਹੋ? ਮੈਂ ਜੀ ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ, ਅਤੇ ਪਿੰਡ ਜੀ ਪੂਰਬ ਕਲੇਰ। ਅਸੀਂ ਜੀ ਅੱਜ ਚੱਲੇ ਹਾਂ ਮਾਰਕੀਟ, ਅਤੇ ਬੱਚਿਆਂ ਦੀ ਯਾਨੀ ਫੈਮਿਲੀ ਦੇ ਜਨਾਬ ਅੱਜ ਡਿਮਾਂਡ ਸੀ ਕਿ ਅੱਜ ਪੀਜ਼ਾ ਬਣਾਇਆ ਜਾਏ। ਅੱਛਾ, ਅਤੇ ਦੋਸਤਾਂ ਨੇ ਵੀ ਜਨਾਬ ਭਰਾ ਦੀ ਫਰਮਾਇਸ਼ ਕੀਤੀ ਸੀ ਕਿ ਜੀ ਅਸੀਂ ਕੱਲ੍ਹ ਤੁਹਾਡੇ ਕੋਲ ਖਾਣਾ ਪੀਜ਼ਾ, ਅਤੇ ਪੀਜ਼ਾ ਲੈਣ ਵਾਸਤੇ ਜੀ ਬਾਜ਼ਾਰ ਚੱਲਿਆ ਕੁਛ ਸਮਾਨ, ਅਤੇ ਅੱਜ ਤੁਹਾਨੂੰ ਇਨਸ਼ਾਅੱਲਾ ਪੀਜ਼ਾ ਜਿਹੜਾ ਨਾ ਦੋਸਤਾਂ ਦੇ ਨਾਲ ਅਤੇ ਫੈਮਿਲੀ ਨਾਲ ਬੈਠ ਕੇ ਉਹ ਤੁਹਾਨੂੰ ਦੱਸਾਂਗੇ ਜਿਹੜਾ ਘਰ ਬਣਿਆ ਪੀਜ਼ਾ, ਅਤੇ ਉਹਦੇ ਵਾਸਤੇ ਲੈਣ ਚੱਲੇ ਸਮਾਨ। ਅਤੇ ਬਾਜ਼ਾਰ ਜਾਣ ਤੋਂ ਪਹਿਲਾਂ ਜੀ ਇੱਕ ਛੋਟਾ ਜਿਹਾ ਕੰਮ ਕਰ ਲਓ, ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨਾ ਹੈ। ਸਮਝ ਰਹੇ ਹੋ? ਸਮਝ ਰਹੇ ਹੋ? ਸਮਝ ਰਹੇ ਹੋ ਨਾ? ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਣਾ ਹੈ ਕਿ ਸਾਡੀ ਵੀਡੀਓ ਕੈਸੀ ਹੈ, ਔਰ ਜਿਹੜੇ ਦੋਸਤ ਚੈਨਲ 'ਤੇ ਦੇ ਰਹੇ ਨੇ ਉਹ ਜਲਦੀ ਜਲਦੀ ਚੈਨਲ ਕਰ ਲਓ ਸਬਸਕ੍ਰਾਈਬ। ਅਤੇ ਚੱਲ ਰਹੇ ਜੀ, ਸਭ ਤੋਂ ਪਹਿਲਾਂ ਸੀ ਮਾਰਕੀਟ। ਅਸੀਂ ਜੀ ਆ ਗਏ ਹਾਂ ਆਪਣੇ ਇਲਾਕੇ ਦੇ ਮਸ਼ਹੂਰੋ ਮਰੂਫ ਯੂਟੈਲਿਟੀ ਸਟੋਰ 'ਤੇ, ਜਿਹੜਾ ਬੜਿਆਣੇ ਦੇ ਅੰਦਰ ਮੌਜੂਦ ਹੈ। ਅਤੇ ਇੱਥੋਂ ਅਸੀਂ ਲਾਂਗੇ ਪੀਜ਼ੇ ਵਾਸਤੇ ਚੈਟਰ ਚੀਜ਼, ਅਤੇ ਮਾਸ਼ਾਅੱਲਾ ਹਰ ਚੀਜ਼ ਜਿਹੜੀ ਉਹ ਇੱਥੇ ਫਰੈਸ਼ ਹੈ। ਇੱਥੋਂ ਕੱਲ੍ਹ ਨਾ ਗਿਆ ਐਵੇਂ ਜੀ ਚੈਟਰ ਚੀਜ਼ ਜਿਹੜੀ ਹੋਏਗੀ ਪੀਜ਼ੇ ਦੇ ਵਿੱਚ ਇਸਤੇਮਾਲ। ਇਹਨੂੰ ਜਨਾਬ ਹੁਣ ਲੈ ਕੇ ਚੱਲਦੇ ਹਾਂ ਘਰ, ਅਤੇ ਅਗਲਾ ਮਰਹਲਾ ਜਿਹੜਾ ਉਹ ਘਰ ਜਾ ਕੇ ਸਟਾਰਟ ਹੋਏਗਾ। ਪੀਜ਼ੇ ਦੀ ਤਿਆਰੀ ਵਾਸਤੇ ਚਾਹੀਦੇ ਹਨ ਨਾਲ ਅੰਡੇ, ਅਤੇ ਇਹ ਜੇ ਅੰਡੇ ਅਸੀਂ ਬੇਗਮ ਨੂੰ ਕੱਢ ਕੇ ਦੇਣਗੇ ਹਾਂ ਫਰਿੱਜ ਦੇ ਵਿੱਚੋਂ। 1 hour later ਮਾਸ਼ਾਅੱਲਾ ਜੀ, ਘਰ ਦਾ ਬਣਿਆ ਹੋਇਆ ਫਰੈਸ਼ ਪੀਜ਼ਾ ਜਿਹੜਾ ਉਹ ਤਿਆਰ ਹੈ, ਅਤੇ ਅਸੀਂ ਹੁਣ ਬਹਿ ਕੇ ਫੈਮਿਲੀ ਦੇ ਨਾਲ ਜਿਹੜਾ ਨਾ ਉਹ ਪੀਜ਼ਾ ਖਾਣਗੇ ਹਾਂ। ਅਤੇ ਮਾਸ਼ਾਅੱਲਾ ਬੜੇ ਹੀ ਸੌਫਟ ਔਰ ਬਹੁਤ ਡਿਲੀਸ਼ੀਅਸ ਜਿਹੜੇ ਨੇ ਨਾ ਪੀਜ਼ੇ ਉਹ ਸਾਡੇ ਬਣ ਗਏ ਨੇ। ਅਤੇ ਹਾਦੀ ਸਾਹਿਬ ਕੈਸੇ ਲੱਗ ਰਹੇ ਨੇ ਤੁਹਾਨੂੰ? ਹਮ ਕਾਟਤੇ ਹੈ ਔਰ ਫਿਰ ਖਾਤੇ ਹੈ ਜੀ। ਹਾਦੀ ਸਾਹਿਬ ਖਾਈਏ ਜਨਾਬ ਜੀ, ਖਾਤੇ ਹੈ। ਅੱਛਾ ਜੀ, ਜੋ ਕਿ ਸਾਡਾ ਜਿਹੜਾ ਨਾ ਬੱਚਿਆਂ ਦੇ ਨਾਲ ਘਰ 'ਚ ਬੋਲਣਾ ਜਿਹੜਾ ਨਾ, ਮੈਂ ਤਾਂ ਮੋਸਟਲੀ ਬੋਲਣਾ ਪੰਜਾਬੀ, ਲੇਕਿਨ ਵਿੱਚ ਥੋੜ੍ਹੇ ਉਰਦੂ ਬੱਚਿਆਂ ਨਾਲ ਬੋਲੀ ਦੀ, ਕਿਉਂਕਿ ਬੱਚੇ ਬੋਲਦੇ ਨੇ ਉਰਦੂ, ਇਸ ਵਾਸਤੇ ਗੁਲਾਬੀ ਉਰਦੂ ਜਿਹੜੀ ਨਾ ਇਹਨੂੰ ਕਰਨਾ ਖੂਬ ਇੰਜੋਏ। ਮਾਸ਼ਾਅੱਲਾ ਜੀ, ਕਿਆ ਬਾਤ! ਦੇਖੋ ਕਿਹੜਾ ਮਜ਼ੇਦਾਰ ਹੈ, ਇਹ ਵੀ ਕੱਟ ਲੈਂਦੇ ਹਾਂ। ਇਹ ਤਾਂ ਜ਼ਿਆਦਾ ਸਪੈਸ਼ਲ ਜਿਹੜਾ ਨਾ ਪੀਜ਼ਾ ਉਹ ਜੀ ਬਣਾਇਆ ਗਿਆ ਵੇ। ਮਾਸ਼ਾਅੱਲਾ ਜ਼ਬਰਦਸਤ ਜੀ, ਬਹੁਤ ਜ਼ਿਆਦਾ ਸਪਾਈਸੀ ਵੀ ਨਹੀਂ, ਔਰ ਘਰ ਦੇ ਬਣੇ ਹੋਏ ਆਪਣੀ ਅੱਖਾਂ ਦੇ ਸਾਹਮਣੇ ਬਣੀ ਹੋਈ ਚੀਜ਼ ਦਾ ਜਿਹੜਾ ਨਾ ਉਹ ਆਪਣਾ ਹੀ ਮਜ਼ਾ। ਅਤੇ ਹਮੇਸ਼ਾ ਕੋਸ਼ਿਸ਼ ਕਰੋ ਕਿ ਘਰ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਬਣਾਉਣ ਦੀ, ਤਾਂ ਕਿ ਅੱਛੀ ਬਣੇ। ਔਰ ਪਤਾ ਹੋਏ ਤੁਹਾਨੂੰ ਕਿ ਅਸਾਂ ਫਰੈਸ਼ ਚਿਕਨ ਪਾਇਆ, ਹਰ ਚੀਜ਼ ਫਰੈਸ਼ ਬਣਾਈਏ, ਅਤੇ ਮਜ਼ਾ ਹੀ ਦੁਬਾਲਾ ਜੀ। ਅਤੇ ਨਾਲ ਜੀ ਸਾਡੇ ਕੋਲ ਕੋਲਡ ਡਰਿੰਕ, ਹਾਂਜੀ ਹਾਦੀ ਸਾਹਿਬ ਕੈਸਾ ਲੱਗ ਰਿਹਾ ਜੀ? ਇਸ ਦਾ ਪਤਾ ਕਮਾਲ ਹੀ ਹੋ ਗਿਆ। ਆਹ ਆਹ ਆਹ
ਦੋਸਤਾਂ ਦੇ ਨਾਲ ਬਹਿ ਕੇ ਵੀ ਜੀ ਪੀਜ਼ਾ ਜਿਹੜਾ ਉਹ ਖਾਇਆ ਜਾਏਗਾ। ਚਾਰ ਪੀਜ਼ਾ ਜਿਹੜੇ ਬਣਾਏ ਨੇ ਨਾ, ਦੋ ਆਪਣੇ ਵਾਸਤੇ ਬਣਾਏ ਨੇ ਅਤੇ ਦੋ ਬਣਾਏ ਨੇ ਦੋਸਤਾਂ ਵਾਸਤੇ, ਦੋਸਤ ਵੀ ਖਾਣ ਦੇ, ਇੰਜੋਏ ਕਰਨ ਦੇ। Two hours later. ਪਹਿਲਾਂ ਜੇ ਅਸਾਂ ਕੀਤਾ ਫੈਮਿਲੀ ਦੇ ਨਾਲ ਪੀਜ਼ੇ ਨੂੰ ਇੰਜੋਏ, ਉਹਦਾ ਲਿਆ ਮਜ਼ਾ, ਅਤੇ ਹੁਣ ਜਨਾਬ ਆ ਗਏ ਨੇ ਦੋਸਤ, ਅਤੇ ਇਸ ਤਰਫ ਮੀਆਂ ਮਤੀਨ ਸਾਹਿਬ, ਮੀਆਂ ਕਿਸ਼ਾਮ ਸਾਹਿਬ ਅਤੇ ਮੀਆਂ ਐਸਨ ਸਾਹਿਬ, ਅਤੇ ਇਹ ਜਨਾਬ ਸਾਡੇ ਪੀਜ਼ੇ, ਅਤੇ ਅਸੀਂ ਜਨਾਬ ਕਰਨੇ ਆ ਹੁਣ ਮਜ਼ੇ ਦੇ ਨਾਲ ਇਹਨਾਂ ਨੂੰ ਇੰਜੋਏ, ਅਤੇ ਮਿਲ ਕੇ ਬੈਠਣਾ ਜਿਹੜਾ ਨਾ ਸਭ ਤੋਂ ਅਹਿਮ ਚੀਜ਼ ਇਹ ਹੁੰਦੀ ਹੈ, ਅਤੇ ਇਨਸ਼ਾਅੱਲਾ ਕੱਲ੍ਹ ਦਾ ਵਿਲਾਗ ਵੀ ਹੋਏਗਾ ਬੜਾ ਸਪੈਸ਼ਲ। ਅਤੇ ਉਹਦੇ ਵਿੱਚ ਜਨਾਬ ਖੂਬ ਦੋਸਤ ਜਿਹੜੇ ਨਾ ਉਹ ਕਰਨ ਦੇ ਜਨਾਬ ਬਾਰਬੀਕਿਊ ਦੀ ਪਾਰਟੀ। ਜੇ ਮੀਆਂ ਸਾਹਿਬ ਸਰਵ ਕਰੋ। ਬਿਸਮਿਲ੍ਲਾ ਜੀ, ਕਿਆ ਹਾਲ ਜੀ? ਜੇ ਜਨਾਬ ਜਿਸ ਤਰ੍ਹਾਂ ਦਿਲ ਕਰਦਾ ਖਾਓ। ਇਹ ਜਨਾਬ ਸਾਡੇ ਬੜੇ ਪਿਆਰੇ ਦੋਸਤ ਜਨਾਬ ਮੀਆਂ ਇਕਸ਼ਾਮ ਸਾਹਿਬ, ਕੋਲਡ ਡਰਿੰਕ ਸਰਵ ਕਰਤੇ ਹੋਏ ਜੀ ਜੀ, ਪੀਜ਼ੇ ਕੇ ਸਾਥ ਕੋਕੋ ਤੋਂ ਮਜ਼ਾ ਦੁਬਾਲਾ ਹੋ ਜਾਤਾ। ਕਿਆ ਬਾਤ ਹੈ ਜੀ, ਇਹ ਪਤਾ ਲੱਗਦਾ ਜਨਾਬ ਕੀਨ ਸਾਹਿਬ ਕੀ ਕਰ ਰਹੇ ਹੋ ਤੁਸੀਂ? ਮੈਂ ਯਾਰ ਪੀਜ਼ਾ ਇਹਦੇ ਨਾਲ ਚਾਰ ਹਿੱਸੇ ਕਰ ਰਿਹਾ, ਬਰਾਬਰ ਦੇ ਤਾਂ ਕਿ ਕਿਸੇ ਨਾਲ ਕੋਈ ਜ਼ਿਆਦਤੀ ਨਾ ਹੋਵੇ। ਨਹੀਂ ਮੀਆਂ ਸਾਹਿਬ ਨੇ ਤੇ ਮੈਂ ਨਹੀਂ ਖਾਣਾ, ਕਿਉਂਕਿ ਮੀਆਂ ਸਾਹਿਬ ਨੂੰ ਤਜ਼ਾਬੀਅਤ ਜਿਹੜੀ ਨਾ ਅੱਜ ਕੱਲ੍ਹ ਹੋਈ ਹੈ, ਕੀ ਖਿਆਲ ਹੈ ਮੀਆਂ ਸਾਹਿਬ ਦੀ? ਸੁਬਾਹ ਰਿਪੋਰਟਾਂ ਹੋਏਗੀਆਂ ਲਗਾ ਮੇਰਾ ਮਜ਼ਾਕ ਫੇਰ ਖੋਲਾਂਗੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜਾ ਸ਼ੁਗਲ ਲੱਗ ਰਿਹਾ ਮਤੀਨ ਸਾਹਿਬ ਜਨਾਬ। ਪੀਜ਼ਾ ਜਿਹੜਾ ਨਾ ਉਹਨਾਂ ਕੋਲੋਂ ਇਹ ਨਹੀਂ ਇਸ ਵੇਲੇ ਜਿਹੜਾ ਨਾ ਸਰਫ ਹੋ ਰਿਹਾ। ਹਾਂਜੀ ਜੀ ਬਿਲਕੁਲ, ਕਿਉਂਕਿ ਛੁਰੀ ਬਹੁਤ ਤੇਜ਼ ਹੈ। ਬਿਲਕੁਲ, ਅਗਰ ਡਾਕਟਰ ਨੂੰ ਇਹ ਚੀਜ਼ਾਂ ਮਨਾ ਹੋਈਆਂ ਤੇ ਫਿਰ ਜਨਾਬ ਦੁਕਾਨਾਂ ਹੋ ਜਾਣੀਆਂ ਨੇ ਬੰਦ, ਤੇ ਅਸਾਂ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਨੀ ਹੈ। ਮਜ਼ੇਦਾਰ ਜੀ ਪੀਜ਼ਾ, ਬਹੁਤ ਟੇਸਟੀ ਬਣਿਆ ਭਾਜੀ, ਘਰ ਦਾ ਬਣਿਆ ਹੋਇਆ ਜੀ। ਅਗਰ ਘਰ ਦੀ ਚੀਜ਼ ਹੋਏ ਤੇ ਉਹਦਾ ਮਜ਼ਾ ਡਬਲ ਮਜ਼ਾ ਅਲੱਗ ਹੈ, ਬਹੁਤ ਜ਼ਬਰਦਸਤ ਟੇਸਟੀ ਹੈ, ਮਜ਼ੇਦਾਰ। ਗਰਮ ਹੈ, ਆਪ ਆਪਣੀ ਮਰਜ਼ੀ ਕਾ ਮਸਾਲਾ ਐਡ ਕਰਕੇ ਔਰ ਪੀਜ਼ੇ ਕਾ ਲੁਤਫ ਲੈ ਸਕਦੇ ਹੈ। ਟੇਸਟੀ ਹਾਂਜੀ, ਆ ਰਿਹਾ ਮਜ਼ਾ, ਪੈਸੇ ਪੂਰੇ। ਕੈਸੇ ਕੈਸੇ ਲੋਕ ਰਹਤੇ ਹੈ ਯਾਰ ਯਹਾਂ ਪਰ। ਪੀਜ਼ੇ ਕੇ ਸਾਥ ਕੋਕ ਹੋ ਤੋ ਮਜ਼ਾ ਦੁਬਾਲਾ ਹੋ ਜਾਤਾ ਹੈ। ਲਓ ਜੀ ਹੁਣ ਕਰਨ ਗਿਆ ਜੀ ਦੂਸਰਾ ਪੀਜ਼ਾ ਜਿਹੜਾ ਨਾ ਉਹਨੂੰ ਜਨਾਬ ਇੰਜੋਏ ਕਰਨਗੇ। ਮੀਆਂ ਸਾਹਿਬ ਕੈਚਪ ਸਭ ਤੋਂ ਉੱਪਰ ਲਗਾ ਲਿਆ ਜੀ, ਅਤੇ ਜਨਾਬ ਖਾਓ। ਡਾਕਟਰ ਸਾਹਿਬ ਰੈਸਪੀ ਦੱਸੋ। ਮੀਆਂ ਅਤੇ ਸ਼ਾਮ ਸਾਹਿਬ ਨੂੰ ਦਿਲ ਦਾ ਮਸਲਾ ਹੋਇਆ, ਅਸਾਂ ਕਿਹਾ ਅੱਜ ਹੀ ਖਾ ਲਓ, ਕੱਲ੍ਹ ਧੁੰਮਣ ਹੈ। ਵਾਹ ਕੀ ਐਕਟਿੰਗ ਕਰ ਰਹੇ, ਵਾਹ ਕੀ ਐਕਟਿੰਗ। ਜਨਾਬ ਨਦੀਮ ਭਾਈ ਸਾਹਿਬ ਨੂੰ ਕਿਹਾ ਸੀ
ਜਾਂ ਤੁਹਾਨੂੰ ਕੋਕ ਵੀ ਪਿਲਾਉਂਦੇ ਹਾਂ ਅਤੇ ਤੁਹਾਨੂੰ ਜਿਹੜਾ ਪੀਜ਼ਾ ਵੀ ਖਿਲਾਉਂਦੇ ਹਾਂ। ਲੇਕਿਨ ਨਦੀਮ ਭਾਈ ਮਿਲ ਕੇ ਚਲੇ ਗਏ ਨੇ ਅਤੇ ਨਦੀਮ ਭਾਈ ਤੁਹਾਨੂੰ ਮੇਰੇ ਨਾਲ ਗਿਲਾ ਨਹੀਂ ਕਰਨਾ ਵੀਡੀਓ ਵੇਖੀ ਅਤੇ ਪਿਆਰਾ ਜਿਹਾ ਤੁਸੀਂ ਕਮੈਂਟ ਕਰਕੇ ਦੱਸਣਾ ਕਿਉਂਕਿ ਮੈਂ ਤੁਹਾਨੂੰ ਕਿਹਾ ਮੈਂ ਤੁਹਾਡਾ ਇੰਤਜ਼ਾਰ ਕਰਨ ਲਿਆ ਜੀ ਆਡੀਓ ਅਤੇ ਇਨਸ਼ਾਅੱਲਾ ਨੈਕਸਟ ਟਾਈਮ ਜਿਹੜਾ ਤੁਹਾਡੇ ਨਾਲ ਇਨਸ਼ਾਅੱਲਾ ਇਹ ਦੋਸਤਾਂ ਨਾਲ ਮਾਹੌਲ ਬਣਾ ਕੇ ਰੱਖਾਂਗੇ। ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖਣਾ। ਅੱਛਾ ਹਾਂਜੀ ਜੀ ਮੀਆਂ ਸਾਹਿਬ ਤੁਹਾਡਾ ਤੁਹਾਡੇ ਕੀ ਕਮੈਂਟਸ ਨੇ? ਮਿੰਟਾ ਸਰ ਇਹ ਫਲੇਵਰ ਚਾਹੀ ਅਤੇ ਦੋ ਦੂਸਰੇ ਵੀ ਚਾਹੀ ਔਰ ਕ੍ਰਿਸਪੀ ਭਰੇ ਦਾ ਮਜ਼ਾ ਆਉਂਦਾ ਹੈ। ਕਿਉਂ ਮੀਆਂ ਸਾਹਿਬ ਤੁਹਾਡਾ ਕੀ? ਜੀ ਡਾਕਟਰ ਸਾਹਿਬ ਦੋਨੋਂ ਹੀ ਫਲੇਵਰ ਅੱਛੇ ਸਨ, ਚਿਕਨ ਵਾਲਾ ਵੀ ਅਤੇ ਐੱਗ ਵਾਲਾ ਵੀ। ਹਾਂਜੀ ਮੀਆਂ ਸਾਹਿਬ ਸਾਡਾ ਅੱਜ ਫੀਲ ਹੋ ਰਿਹਾ ਕਿ ਅਸੀਂ ਬਾਹਰੋਂ ਐਵੇਂ ਖਾਂਦੇ ਹਾਂ। ਵਾਹ ਕੀ ਐਕਟਿੰਗ ਕਰ ਰਹੇ, ਸਾਡਾ ਭਰਾ ਬੜਾ ਅੱਛਾ ਸਪੈਸ਼ਲ ਪੀਜ਼ਾ ਬਣਾ ਲੈਂਦਾ। ਇੰਨਾ ਹੀ ਜਨਾਬ ਇਹ ਬੇਗਮ ਨੇ ਬਣਾਏ ਨੇ ਅਤੇ ਉਹਨਾਂ ਨੇ ਕਿਹਾ ਮੇਰੇ ਦਿਓਰਾਂ ਜੇਠਾਂ ਨੂੰ ਵੀ ਲੈ ਕੇ ਆਉਣਾ, ਉਹ ਵੀ ਆ ਕੇ ਅਤੇ ਖਾਣ। ਅੱਛਾ ਜੀ ਜਨਾਬ ਕਿਉਂ ਉਹ ਡੋ ਖਾਓ ਨਾ ਤੁਸੀਂ ਪੀਜ਼ੇ ਵਾਲੀ, ਉਹ ਤੁਸੀਂ ਖਾ ਲਓ ਥੋੜ੍ਹੀ ਸਾਰੀ ਐਕਸਟਰਾ ਅਤੇ ਤੁਹਾਨੂੰ ਮੇਰੇ ਅਤੇ ਭਾਰਾਪਨ ਲੱਗੇਗਾ। ਮਸਾਲਿਆਂ ਦਾ ਇਸਤੇਮਾਲ ਨਹੀਂ ਕੀਤਾ, ਜੋ ਕੁਝ ਨੈਚੁਰਲੀ ਇਨਗਰੀਡੀਅੰਟਸ ਪੈਂਦੇ ਨੇ ਨਾ ਸਿਰਫ ਉਹ ਇਹਦੇ ਵਿੱਚ ਪਾਏ ਨੇ, ਕਿਉਂਕਿ ਕਾਰਖਾਨਾ ਅੱਗੇ ਹੀ ਹਰ ਬੰਦਾ ਮੈਦੇ ਦਾ ਮਰੀਜ਼ ਹੈ ਅਤੇ ਇਹ ਖਾ ਕੇ ਤਾਂ ਜਨਾਬ ਹੋਰ ਆਪਣਾ ਮੈਦਾ ਜਿਹੜਾ ਡਿਸਟਰਬ ਕਰਨਾ ਸੀ। ਬੰਦਾ ਫੀਲ ਹੀ ਨਹੀਂ ਹੋ ਰਿਹਾ ਕਿ ਪੀਜ਼ਾ ਖਾ ਰਹੇ ਹਾਂ, ਚਾਰ ਪੰਜ ਹੋਰ ਆ ਜਾਂਦੇ ਥੋੜ੍ਹੇ। ਭਾਜੀ ਕੋਕ ਪਿਆ ਹੁਣ ਸਾਨੂੰ, ਮੀਆਂ ਸਾਹਿਬ ਕੋਕ ਬਸ ਬਸ ਖਤਮ ਕਰਨੀ ਹੁਣ ਮਹਿਮਾਨ ਹੋਰ ਪੀਓ ਪੀਓ। ਇਹ ਜਨਾਬ ਮੇਰਾ ਗਲਾਸ ਸਰ ਮੈਂ ਖਤਮ ਕਰਾਂਗਾ। ਬਾਕੀ ਘਰ ਦਾ ਪੀਜ਼ਾ ਘਰ ਦੇਈਦਾ ਹੈ ਕਿਉਂਕਿ ਪਹਿਲੀ ਦਫ਼ਾ ਹੈ ਟੇਸਟ ਕੀਤਾ ਹੈ ਔਰ ਬਹੁਤ ਡਿਫਰੈਂਟ ਔਰ ਬੜਾ ਲਾਈਟ ਜਿਹਾ ਇਹਦਾ ਟੇਸਟ ਹੈ। ਅਲਹਮਦੁਲਿਲਾ ਜੀ ਬਹੁਤ ਜ਼ਬਰਦਸਤ, ਅਲਹਮਦੁਲਿਲਾ ਡਾਕਟਰ ਸਾਹਿਬ ਮਜ਼ਾ ਆਇਆ, ਬਹੁਤ ਸ਼ੁਕਰੀਆ ਤੁਹਾਡੀ। ਡਾਕਟਰ ਸਾਹਿਬ ਆਈ ਤੋਂ ਬਾਅਦ ਮਸਾਲੇ ਵਾਲੇ ਪੀਜ਼ੇ ਦਾ ਬਾਈਕਾਟ। ਅੱਛਾ ਜੀ ਲਓ ਜੀ ਮਸਾਲਿਆਂ ਦਾ ਕਰ ਦਿੱਤਾ ਬਾਈਕਾਟ, ਮੈਨੂੰ ਆਰਡਰ ਕਰਨਾ ਹੈ, ਪੈਸੇ ਦੇਣੇ ਨੇ। ਮੈਂ ਤਾਂ ਕਹਿੰਦਾ ਵਾ ਉਹ ਘਰ ਸੇ ਘਰ ਤੱਕ ਨਾ ਸ਼ੁਰੂ ਕਰੀ, ਅਸੀਂ ਘਰ ਸੇ ਘਰ ਤੱਕ ਪੀਜ਼ਾ। ਅਰੇ ਕਹਿਣਾ ਕਿਆ ਚਾਹਤੇ ਕੰਮ ਸ਼ੁਰੂ ਕਰ ਲਈਏ, ਬੜਾ ਅੱਛਾ ਜੇ ਉਹ ਲੋਕ ਪਸੰਦ ਕਰਨਗੇ ਕ੍ਰਿਸਪੀ ਬ੍ਰੈਡ ਕਿ ਘਰ ਦੇ ਵਿੱਚ ਬਣੇ ਹੋਏ ਜਨਾਬ ਹੋਮ ਮੇਡ ਤਵੇ ਦੇ ਬਣੇ ਹੋਏ ਹਰ ਚੀਜ਼ ਬਾਜ਼ਾਰੋਂ ਫਰੈਸ਼ ਲਿਆ ਕੇ ਬਣਾ ਅਤੇ ਤੁਹਾਡੇ ਤੱਕ ਜਨਾਬ ਪਹੁੰਚਾਵਾਂਗੇ। ਠੀਕ ਹੋ ਗਿਆ ਬਿਲਕੁਲ ਐਸਾ ਹੀ ਹੈ, ਤੰਦੂਰੀ ਨਹੀਂ ਉਹ ਪੀਜ਼ਾ ਬਣਾਉਂਦੇ ਕਮਾਲ ਦਾ ਟੇਸਟ ਉਹਨਾਂ ਨੂੰ ਢੇਰ ਦੇ ਜੇ ਬਿਹਤਰ ਹੈ। ਲਓ ਜੀ ਦੋਸਤਾਂ ਨੇ ਕੀਤਾ ਜੀ ਇੰਜੋਏ ਅਤੇ ਖੂਬ ਆਇਆ ਮਜ਼ਾ ਅਤੇ ਉਮੀਦ ਕਰਾਂਗੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਜਿਹੜੀ ਹੈ ਉਹ ਲੱਗੀ ਹੋਏਗੀ ਅੱਛੀ। ਅਗਰ ਵੀਡੀਓ ਲੱਗੇ ਚੰਗੀ ਤਾਂ ਵੀਡੀਓ ਨੇ ਇੱਕ ਲਾਈਕ ਕਰ ਦੇਣਾ ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਅਤੇ ਜਿਹੜੇ ਦੋਸਤ ਮੇਰੇ ਚੈਨਲ 'ਤੇ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮੈਨੂੰ ਦਿਓ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ, ਅੱਲਾਹ ਹਾਫਿਜ਼। ਸ਼ੁਕਰੀਆ ਮੇਰੇ।